सुच आवे देखी कि दब दीना घोड़ा वह बंदूक दहा ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੇਜਪਾਲ ਸਿੰਘ ਤੇ ਮੈਂ ਹਾਂ ਕੀਰਤੀ ਪਾਰਕ ਛਾਬੜਾ ਨਿੱਘਾ ਸਵਾਗਤ ਕਰਦੇ ਸਾਰੇ ਸਾਹਿਬ ਦਾ ਪੀਟੀਸੀ ਪੰਜਾਬੀ ਤੇ ਅੰਮ੍ਰਿਤਸਰ ਦੇ ਵਿੱਚ ਬਿਲਕੁਲ ਸੋ ਅੰਮ੍ਰਿਤਸਰ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 9 ਆ ਚੁੱਕਾ ਹੈ ਔਰ ਕਹਿੰਦੇ ਨਾ ਕਿ ਕਲਾ ਦਾ ਜਿਹੜਾ ਦਾਇਰਾ ਹੈ ਨਾ ਕੋਈ ਸੀਮਾ ਨਹੀਂ ਹੁੰਦੀ ਸੋ ਔਰ ਉਹਦੀ ਕੋਈ ਉਮਰ ਵੀ ਨਹੀਂ ਹੁੰਦੀ ਬਚਪਨ ਤੋਂ ਹੀ ਜੇ ਇੱਕ ਕੀੜਾ ਪੈ ਜਾਵੇ ਤਾਂ ਕਿਸੇ ਚੀਜ਼ ਦਾ ਕੋਈ ਪੈਸ਼ਨ ਆ ਜਾਵੇ ਤਾਂ ਫਿਰ ਹਾਂਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਤੁਸੀਂ ਪਹੁੰਚੇ ਅੰਮ੍ਰਿਤਸਰ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 9 ਦੇ ਆਡੀਸ਼ਨਸ ਚੱਲ ਰਹੇ ਨੇ ਜੀ ਸਿਟੀ ਆਡੀਸ਼ਨਸ ਤੇ ਵੈਨਿਊ ਹੈਗਾ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਨੀਅਰ ਰੇਲਵੇ ਸਟੇਸ਼ਨ ਜਿਹੜੇ ਵੀ ਦੇਖ ਸਕਦੇ ਆ ਸਕਦੇ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਸ਼ੁਰੂਆਤ ਹੈ ਔਰ ਵੀਓਪੀਸੀਸੀ ਦੀ ਅੱਜ ਪਹਿਲਾ ਦਿਨ ਹੈ ਜਿਸ ਦੀ ਸ਼ੁਰੂਆਤ ਹੋਈ ਹੈ ਪਹਿਲਾ ਆਡੀਸ਼ਨ ਰੱਖਿਆ ਗਿਆ ਅੰਮ੍ਰਿਤਸਰ ਦੇ ਵਿੱਚ ਜਿਸ ਤੋਂ ਬਾਅਦ ਅਸੀਂ ਅੱਗੇ ਵੀ ਚੱਲਾਂਗੇ ਅਸੀਂ ਜਲੰਧਰ ਲੁਧਿਆਣਾ ਬਠਿੰਡਾ ਮੋਹਾਲੀ ਸਾਰੀ ਸਿਟੀਜ਼ ਦੇ ਵਿੱਚ ਅਸੀਂ ਦੌਰਾ ਕਰਾਂਗੇ ਬਟ ਅੰਮ੍ਰਿਤਸਰ ਵਾਲਿਆਂ ਦੇ ਲਈ ਅੱਜ ਬਹੁਤ ਜ਼ਿਆਦਾ ਖੁਸ਼ੀ ਮਿਲ ਰਹੀ ਹੈ ਇੱਥੇ ਪਹੁੰਚ ਕੇ ਸੋ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦਾ ਰਿਐਕਸ਼ਨ ਸੀਗਾ ਬੱਚਿਆਂ ਦਾ ਜੀ ਬਹੁਤ ਵਧੀਆ ਲੱਗ ਰਿਹਾ ਮੈਂ ਕਹਿੰਦਾ ਜਿੰਨੇ ਵੀ ਮੈਨੂੰ ਬੱਚੇ ਮਿਲੇ ਨੇ ਸਾਰੇ ਫੁੱਲ ਡੈਡੀਕੇਸ਼ਨ ਹੈਗੀ ਉਹਨਾਂ ਦੇ ਵਿੱਚ ਤੇ ਮੈਂ ਤੁਹਾਨੂੰ ਹਾਈ ਗੱਲ ਕਰਨੀ ਸੀਗੀ ਕਿ ਮੈਨੂੰ ਨਾ ਇੱਕ ਮੁੰਡਾ ਮਿਲਿਆ ਉਹ VOPCC8 ਦੇ ਵਿੱਚ ਸੈਮੀ ਫਾਈਨਲ ਦੇ ਵਿੱਚ ਮੁੰਡਾ ਗਿਆ ਸੀ ਉਹਦਾ ਨਾਮ ਹੈ ਨਿਮਰਤਪਾਲ ਸਿੰਘ ਬਹੁਤ ਹੀ ਵਧੀਆ ਮੁੰਡਾ ਗਾਉਂਦਾ ਹੈ ਉਹਦੇ ਨਾਲ ਮੈਂ ਹੁਣੇ ਗੱਲਬਾਤ ਕੀਤੀ ਹੈ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਾਣਾ ਹੁਣੇ ਦਿਖਾਣਾ ਮੈਂ ਤੁਹਾਨੂੰ ਉਹਨੇ ਕੀ ਕੀਤਾ ਕਿ ਜੀ ਸੈਮੀ ਫਾਈਨਲ ਦੇ ਵਿੱਚੋਂ ਮੁੰਡਾ ਗਿਆ ਉਸ ਤੋਂ ਬਾਅਦ ਹੁਣੇ ਫਿਰ ਆਇਆ ਮੈਂ ਕਿਹਾ ਭਾਈ ਤੁਸੀਂ ਐਵੇਂ ਕਿਵੇਂ ਕਹਿੰਦਾ ਬਾਜੀ ਜੋ ਮਰਦੀ ਹੋਵੇ ਆਪਾਂ VOPCC9 ਬਣ ਕੇ ਹੀ ਰਹਿਣਾ ਯਾਨੀ ਕਿ ਵੌਇਸ ਆਫ ਪੰਜਾਬ ਦਾ ਚਿਹਰਾ ਅਸੀਂ ਸਾਹਮਣੇ ਬਣ ਕੇ ਹੀ ਆ ਬਣ ਕੇ ਹੀ ਆ ਸੋ ਤੁਹਾਡੀ ਵੀ ਗੱਲ ਕਰਾਵਾਂ ਮੁਲਾਕਾਤ ਬਿਲਕੁਲ ਆਓ ਫਿਰ ਚੱਲਦੇ ਹਾਂ ਗੱਲਬਾਤ ਅੱਜ ਸੁਣਦੇ ਉਹਨਾਂ ਦਾ ਖੂਬਸੂਰਤ ਗੀਤ ਖੂਬਸੂਰਤ ਗੀਤ ਆਜੋ ਦੋਸਤੋ ਜਿਨ੍ਹਾਂ ਨੇ ਵੌਇਸ ਆਫ ਪੰਜਾਬ ਛੋਟਾ ਚੈਂਪ 8 ਦੇਖਿਆ ਯਾਨੀ ਕਿ VOPCC9 ਦਾ ਪਿਛਲਾ ਸੀਜ਼ਨ ਦੇਖਿਆ ਉਹਨਾਂ ਦੇ ਵਿੱਚ ਇੱਕ ਮੁੰਡਾ ਸੀਗਾ ਜਿਹਦਾ ਨਾਮ ਸੀ ਨਿਮਰਤਪਾਲ ਸਿੰਘ ਉਹ ਸੈਮੀ ਫਾਈਨਲ ਦੇ ਵਿੱਚ ਜਾ ਕੇ ਉਹਨੂੰ ਨੋਮੀਨੇਟ ਕਰ ਦਿੱਤਾ ਗਿਆ ਸੀ ਬਟ ਉਹ ਮੁੰਡੇ ਨੇ ਹਿੰਮਤ ਨਹੀਂ ਹਾਰੀ ਸੀ ਫਿਰ ਸਾਡੇ ਨਾਲ ਮੌਜੂਦ ਨੇ ਆਪਣੇ ਫਾਦਰ ਸਾਹਿਬ ਦੇ ਨਾਲ ਸਾਡੇ ਭਰਾ ਨਿਮਰਤਪਾਲ ਸਿੰਘ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਕੀ ਹਾਲ ਚਾਲ ਹੈ ਸਭ ਵਧੀਆ ਚੱਲ ਰਿਹਾ ਤੇ ਅੱਜ ਫਿਰ ਤੁਸੀਂ ਆ ਗਏ ਹੋ VOPCC9 ਦੇ ਵਿੱਚ ਪਾਰਟਿਸਿਪੇਟ ਕਰਨ ਤੇ ਉਮੀਦਾਂ ਪੂਰੀਆਂ ਨੇ ਤੇ ਇਹ ਤੁਹਾਡੇ ਫਾਦਰ ਸਾਹਿਬ ਨਾਲ ਪਲੀਜ਼ ਸਾਡੇ ਨਾਲ ਗੱਲ ਕਰੋ ਸਰ ਕੀ ਹਾਲ ਹੈ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਕਿੱਥੋਂ ਆਏ ਹੋ ਤੇ ਇਸ ਵਾਰ ਫਿਰ ਤੋਂ ਕਿੰਨੀਆਂ ਤਿਆਰੀਆਂ ਨੇ ਸਰ ਅਸੀਂ ਡੇਰਾ ਬਾਬਾ ਨਾਨਕ ਸ਼ਾਹਪੁਰ ਜਾ ਜਾਂਦੇ ਆਏ ਜੀ ਅੱਛਾ ਜੀ ਤੇ ਪੂਰੀ ਮੇਰੇ ਨਾਲ ਯਾਰ ਤਾਂ ਕਿ ਤਿਆਰੀ ਕੀਤੀ ਹੈ ਪੂਰੀ ਠੀਕ ਹੈ ਤੇ ਇਸ ਵਾਰ ਕੀ ਤਿਆਰੀ ਕਰਕੇ ਆਏ ਹੋ ਸਰ ਤੇ ਕੀ ਸੁਣਾਓਗੇ ਜਦ ਅਸੀਂ ਇੱਕ ਵਾਰ ਜ਼ਰੂਰ ਸਾਨੂੰ ਇੱਕ ਵਾਰ ਦੱਸੋ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਂ ਤੇ ਲਿਖੀਆਂ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਕਿਆ ਬਾਤ ਹੈ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 9 ਦੇ ਵਿਨਰ ਨੇ ਜੀ ਇਹ ਜੱਜ ਸਾਨੂੰ ਦੱਸਣਗੇ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਵੱਲੋਂ ਆਏ ਨੇ ਠੀਕ ਹੈ ਜੀ ਤੁਸੀਂ ਨਾਲ ਆਉਂਗੇ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਡੇਰਾ ਬਾਬਾ ਨਾਨਕ ਤੋਂ ਆਏ ਹੋ ਸਵੇਰੇ ਕਿੰਨੇ ਵਜੇ ਚੱਲੇ ਸੀਗੇ ਮੈਨੂੰ ਲੱਗਦਾ ਕਿ ਜਿਹੜਾ ਦੁਬਾਰਾ ਆਉਂਦਾ ਨਾ ਜਿਹੜਾ ਦੁਬਾਰਾ ਤਿਆਰੀ ਕਰਕੇ ਆਉਂਦਾ ਉਹ ਆਪਣੇ ਨਾ ਵਿਨਰ ਬਣਨ ਦੇ ਨੇੜੇ ਤੇੜੇ ਆ ਹੀ ਜਾਂਦਾ ਸੈਮੀ ਫਾਈਨਲ ਤੋਂ ਵੀ ਤੁਸੀਂ ਅੱਗੇ ਜਾਓਗੇ ਟੌਪ 5 ਤੱਕ ਤੁਸੀਂ ਜਾਓ ਬਾਕੀ ਵਿਨਰ ਦਾ ਮੈਂ ਚਲੋ ਨਹੀਂ ਕਹਿ ਸਕਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ ਠੀਕ ਹੈ ਜੀ ਥੈਂਕ ਯੂ ਭਾਬੀ ਬਲਬੀਰੋ ਕਹਾਣੀ ਕਰਦੀ ਮਿਣਤਾ ਮਰ ਜਾਣੀ ਸੁੱਚੇ ਦੇ ਫੜਕਣ ਢੋਲੇ ਮੋਢੇ ਤੇ ਬੰਦੇ ਖਾਣੀ ਅੰਤ ਵਿਹਲਾ ਆ ਗਿਆ ਸੀ ਕੁੱਕਰ ਦੀ ਮਸ਼ਹੂਕ ਦਹਾ ਦੇਖੀ ਕਿਤੇ ਸੁੱਚਿਆ ਵਹੇ ਦੇਖੀ ਕਿਤੇ ਦੱਬ ਦੀਨਾ ਘੋੜਾ ਵਹਿ ਬੰਦੂਕ ਦਹਾ ਸੁੱਚਿਆ ਵ ਦੱਬ ਦੀਨਾ ਘੋੜਾ ਵਹਿ ਬੰਦੂਕ ਦਹਾ ਮਾਰ ਦੀਨਾ ਦੱਬ ਦੀਨਾ ਘੋੜਾ ਵੇ ਬੰਦੂਕ ਦਹਾ ਕਿਆ ਬਾਤ ਹੈ ਭਾਜੀ ਕਿਆ ਬਾਤ ਹੈ ਆਲ ਦਾ ਬੈਸਟ ਭਾਜੀ ਤੁਸੀਂ ਵੀ ਤੁਹਾਡੀ ਦੋ ਲਾਈਨਾਂ ਹੋ ਜਾਣੀਆਂ ਇੱਕ ਵਾਰੀ ਵੇਖ ਲੈ ਤੂੰ ਸਾਨੂੰ ਜਾਂਦੀ ਬਾਹਰ ਨੀ ਅੱਖਾਂ ਮਰ ਜਾਣੀਆਂ ਨੂੰ ਦੇ ਜਾਦੀਦਾਰ ਨੀ ਹੋ ਗਈ ਤਿਆਰੀ ਕਿਸੇ ਸ਼ਹਿ ਦੀ ਨਾ ਕੋੜੇ ਅੱਜ ਮੈਨੂੰ ਤੇਰੇ ਦੋ ਹੰਝੂਆਂ ਦੀ ਲੋੜੇ ਅੱਜ ਮੈਨੂੰ ਤੇਰੇ ਦੋ ਹੰਝੂਆਂ ਦੀ ਲੋੜੇ
क्या बात है यार, मैं कहना पग्गां दे नाल नाल आवाज़ां भी इन्नियां सोहणियां ने ते भाजी तुहाडे दोनों नूं मेरे वल्लों ऑल द बेस्ट ते पूरा घबराउणा नहीं जजेस अगे, ठीक है जी, जिवें मैं नहीं घबरा रहा तुहाडे अगे।